ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਸਾਰੇ ਵਧੀਆ ਹੋਵੋਗੇ। ਨਵੇਂ ਦਿਨ ਅਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਵੱਡਾ ਏਅਰਪੋਰਟ ਦਿੱਲੀ ਦਾ ਟਰਮੀਨਲ 1 ਜੋ ਕਿ ਬਣਨ ਜਾ ਰਿਹਾ, ਅਤੇ T3 ਤੋਂ ਬਹੁਤ ਵੱਡਾ ਹੋ ਗਿਆ। ਕੁਛ ਨਵੀਆਂ ਅਪਡੇਟਾਂ ਦਿੰਦੇ ਹਾਂ ਅਤੇ ਕੁਛ ਨਵੀਆਂ ਗੱਲਾਂ ਕਰਦੇ ਹਾਂ ਤੁਹਾਡੇ ਨਾਲ। ਬਣੇ ਰਹਿਣਾ ਇਸ ਵਲੌਗ ਦੇ ਵਿੱਚ। ਚੱਲੇ ਹਾਂ ਜੀ ਹੈਦਰਾਬਾਦ ਨੂੰ, ਤੁਸੀਂ ਸਾਡੇ ਵਲੌਗ ਦੇ ਵਿੱਚ ਨਾਲ ਦੇ ਨਾਲ ਬਣੇ ਰਹਿਣਾ, ਤੁਹਾਨੂੰ ਨਾਲ ਦੇ ਨਾਲ ਆਪਣੀ ਅਪਡੇਟ ਜਿਹੜੀ ਆ ਉਹ ਦਿੰਦੇ ਰਹਾਂਗੇ। ਪਹਿਲੇ ਵਾਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਅਤੇ ਉਹ ਸਾਰਾ ਵਲੌਗ ਤੁਸੀਂ ਦੇਖਿਆ, ਮੈਨੂੰ ਪਤਾ ਅਤੇ ਬਹੁਤ ਕਮੈਂਟਸ ਆਏ ਨੇ ਜਨਮ ਦਿਨ ਵਾਲੇ ਵਲੌਗ ਨੂੰ, ਅਤੇ ਕਈਆਂ ਦੇ ਤਾਂ ਫੋਨ ਆ ਗਏ ਕਿ ਬਈ ਵਧਾਈਆਂ ਭਾਈ ਸਾਹਿਬ ਜੀ, ਦੋ ਦੋ ਵਧਾਈਆਂ ਹੋ ਗਈਆਂ। 6 ਫਰਵਰੀ ਮੇਰਾ ਜਨਮ ਦਿਨ ਆਉਂਦਾ ਜੀ, ਪਰ ਚਲੋ ਸਤਿਗੁਰੂ ਜੀ ਦੇ ਚਰਨੀ ਦੇ ਵਿੱਚ ਲੱਗ ਜਾਵੇ, ਗੁਰੂ ਦੀ ਅਸੀਸ ਨਾਲ ਹੀ ਉਹਨਾਂ ਦੇ ਸਦਕੇ। ਆਪਣੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਬੈਲ ਆਈਕਨ 'ਤੇ ਕਲਿੱਕ ਕਰ ਦੇਣਾ ਕਿ ਜਦ ਅਸੀਂ ਕੋਈ ਅਪਡੇਟ ਪਾਈ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਇੰਸਟਾਗ੍ਰਾਮ 'ਤੇ ਫੋਲੋ ਕਰੋ, ਨਾਮ ਥੱਲੇ ਆ ਰਿਹਾ ਹੋਏਗਾ, ਅਤੇ ਮਿਲਦੇ ਹਾਂ ਅੱਗੇ ਦੀ ਅਪਡੇਟ ਦੇ ਨਾਲ। ਅੱਜ ਸਵੇਰ ਦਾ ਦੀਵਾਨ ਹੈ, ਤਕਰੀਬਨ 9:30 ਵਜੇ ਦਾ, ਅਤੇ ਅੱਜ ਅਸੀਂ ਤਿਆਰ ਹੋ ਕੇ ਨਿਕਲੇ ਹਾਂ। ਤਕਰੀਬਨ 4:30 ਵਜੇ ਸਵੇਰੇ ਨਿਕਲ ਗਏ ਸੀਗੇ। ਹਰਜੋਤ ਭਾਅ ਜੀ ਨਾਲ ਬੈਠੇ ਨੇ ਆਪਣੇ, ਅਤੇ ਇਸ਼ੂ ਵਲੌਗ ਬਣਾ ਰਿਹਾ। ਇਸ਼ੂ ਕਹਿੰਦਾ ਮੈਨੂੰ ਦਿਖਾਓ ਨਾ, ਅੱਜ ਮੈਂ ਬਿਲਕੁਲ ਕਿਸੇ ਨੂੰ ਨਹੀਂ ਦਿਖਾਵਾਂ। ਸਵੇਰ ਦਾ ਦੀਵਾਨ ਥੋੜ੍ਹਾ ਜਿਹਾ ਆਰਾਮ ਕਰਾਂਗੇ ਕਿ ਪੂਰੀ ਰਾਤ ਕਹਿ ਲਓ ਕਿ 1.25 ਘੰਟਾ ਹੀ ਸੁੱਤੇ ਹਾਂ, ਅਤੇ ਸ਼ਾਮ ਦਾ ਦੀਵਾਨ ਰਹੇਗਾ। ਕੌਫੀ ਮੇਰੇ ਹੱਥ 'ਚ ਹੈ ਗਰਮ ਗਰਮ, ਠੰਡ ਹੁਣ ਥੋੜ੍ਹੀ ਜਿਹੀ ਦਿੱਲੀ ਘੱਟ ਗਈ। ਅਤੇ ਟਰਮੀਨਲ 1 'ਤੇ ਅਸੀਂ ਹੈਗੇ ਹਾਂ, ਤਾਂ ਫਲਾਈਟ ਸਾਡੀ ਉੱਡੇਗੀ ਅਤੇ ਟਰਮੀਨਲ 1 ਹੁਣ ਨਵਾਂ ਬਣ ਗਿਆ ਅਤੇ ਬਹੁਤ ਵੱਡਾ। ਇਹ ਜਿਹੜੇ ਐਗਜ਼ਿਟ ਸੀਟ 'ਤੇ ਬਹਿੰਦੇ ਨੇ, ਇਹ ਜੋ ਕੁੜੀ ਸਮਝਾ ਰਹੀ ਹੈ, ਇਹਦੇ ਵਿੱਚ ਇਹ ਕਹਿੰਦੀ ਹੈ ਕਿ ਬਈ ਤੁਸੀਂ ਜਦ ਗੇਟ ਖੋਲ੍ਹ ਸਕਦੇ ਹੋ, ਇਹ ਗੇਟ ਖੋਲ੍ਹ ਸਕਦੇ ਹੋ ਜਦ ਕੋਈ ਮੁਸੀਬਤ ਆਏ। ਅਸੀਂ ਵੀ ਕਦੀ ਬੈਠੇ ਹਾਂ ਅਤੇ ਹਮੇਸ਼ਾ ਅਸੀਂ ਯੈਸ ਬੋਲਿਆ ਵੀ ਹਾਂ ਗੇਟ ਖੋਲ੍ਹ ਸਕਦੇ ਹਾਂ ਕਿ ਕਦੀ ਮੁਸੀਬਤ ਆਏ, ਹੈ ਨਾ। ਅਸੀਂ ਤਾਂ ਤੁਹਾਡੇ ਬਿਨਾਂ ਬੋਲੇ ਵੀ ਗੇਟ ਖੋਲ੍ਹਣਾ, ਮੁਸੀਬਤ ਆਏ ਨਾ ਆਏ, ਭਾਵੇਂ ਹਲਕਾ ਜਿਹਾ ਵੀ ਟਰਮੀਨਲ 'ਚ ਤਾਂ ਵੀ ਗੇਟ ਖੋਲ੍ਹ ਲਾਂਗੇ। ਬੰਦਾ ਕਹਿੰਦਾ ਕਿ ਗੇਟ ਖੋਲ੍ਹ ਲਈਏ, ਉਹ ਕਹਿੰਦਾ ਵੀ ਗੇਟ ਖੋਲ੍ਹ ਲਓ, ਬੰਦੇ ਕਹਿੰਦੇ ਹਾਂ ਵੀ ਗੇਟ ਖੋਲ੍ਹ ਲਾਂਗੇ। ਜੇ ਕਿਸੇ ਨੇ ਕਦੀ ਮਨਾ ਕਰਤਾ ਕਿ ਨਹੀਂ ਮੈਂ ਗੇਟ ਨਹੀਂ ਖੋਲ੍ਹਾਂਗਾ, ਅਤੇ ਉਹ ਕੀ ਕਰਨਗੇ? ਨਹੀਂ ਮਤਲਬ ਉਹਨੂੰ ਉਤਾਰ ਕੇ ਤੁਸੀਂ ਕਿਸੇ ਦੂਜੇ ਨੂੰ ਬਿਠਾ ਦੇਣਗੇ? ਤੁਸੀਂ ਜਾਓਗੇ ਉਹਦੀ ਜਗ੍ਹਾ 'ਤੇ ਬੈਠ? ਹਾਂਜੀ ਨਹੀਂ, ਵੈਸੇ ਕਦੀ ਮੈਂ ਸੋਚਿਆ ਕਿ ਬੰਦਾ ਮਨਾ ਕਰਦਾ ਕਿ ਨਹੀਂ ਮੈਂ ਗੇਟ ਨਹੀਂ ਖੋਲ੍ਹ ਪਾਵਾਂਗਾ, ਵੀ ਮੇਰੀ ਦਮ ਹੀ ਨਹੀਂ ਪੈਂਦਾ ਅਤੇ ਕੀ ਹੋਏਗਾ? ਮੈਨੂੰ ਲੱਗਦਾ ਕਿਸੇ ਦਿਨ ਨਾ ਸਾਨੂੰ ਹੀ ਇਹ ਕਰਨਾ ਪਏਗਾ, ਕਿਸੇ ਦਿਨ ਨਾ ਅਸੀਂ ਬੈਠਾਂਗੇ ਨਾ ਭਾਅ ਜੀ, ਹਕੀਕਤ ਵੀ ਇੱਕ ਵਾਰੀ ਮਨਾ ਜ਼ਰੂਰ ਕਰਾਂਗੇ, ਇਸ ਤੋਂ ਬਾਅਦ ਕੀ ਕਹਿਣਗੇ ਇਹ ਨਹੀਂ ਪਤਾ ਨਾ। ਅਸੀਂ ਮਨਾ ਜ਼ਰੂਰ ਕਰਾਂਗੇ ਕਿ ਨਹੀਂ ਅਸੀਂ ਗੇਟ ਨਹੀਂ ਖੋਲ੍ਹ ਪਾਵਾਂਗੇ, ਹੁਣ ਦੱਸੋ ਕਰਨਾ ਕੀ? ਮੈਨੂੰ ਲੱਗਦਾ ਕਿ ਇਸ਼ੂ ਗੇਟ ਖੋਲ੍ਹ ਦੇਗਾ। ਇਸ਼ੂ ਗੇਟ ਖੋਲ੍ਹ ਕੇ ਕਿੱਥੇ ਜਾਏਗਾ ਫਿਰ? ਜੀ ਹੈਦਰਾਬਾਦ ਤਿਆਰ ਹੈਗੇ ਹਾਂ, ਸਿੱਧਾ ਬੈਠੇ ਨੂੰ ਕੀਰਤਨ ਸਮਾਗਮ 'ਤੇ। ਆਰਾਮ ਨਾ ਹੋਵੇ ਤਾਂ ਗਲਾ ਚੱਲਦਾ ਨਹੀਂ ਹੈ, ਬਟ ਫਿਰ ਵੀ ਮਹਾਰਾਜ ਦੀ ਕਿਰਪਾ ਕਿ ਗਲਾ ਠੀਕ ਹੈ। ਬੈਗ ਦੀ ਵੇਟ ਕਰ ਰਹੇ ਹਾਂ, ਬੈਗ ਆ ਜਾਏਗਾ ਅਤੇ ਹੁਣ ਬਾਹਰ ਨੂੰ ਬੰਦਾ ਖੜ੍ਹੇ ਨੇ, ਜਾਂਦੇ ਹਾਂ ਦੇਖਦੇ ਹਾਂ ਕੀ ਵੇਰਵਾ ਹੈਗਾ। 9:30 ਦਾ ਟਾਈਮ ਸੀਗਾ, ਆਲਮੋਸਟ 9:30 ਤੇ ਹੋ ਗਏ ਨੇ। ਕਿਵੇਂ ਤੁਹਾਨੂੰ ਵਲੌਗ ਲੱਗੇਗਾ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ
ਦੋ ਦੋ ਫੈਨ ਪੇਜ ਜਿਹੜੇ ਬਣ ਗਏ ਨੇ, ਇੱਕ ਪਹਿਲਾਂ ਬਣਿਆ ਸੀ ਤੇ ਇੱਕ ਹੁਣ ਬਣ ਗਿਆ। ਖੁਸ਼ੀ ਇਹ ਹੈ ਕਿ ਬਈ ਫੈਨ ਪੇਜ ਬਣੇ ਨੇ ਤੇ ਸਤਿਗੁਰੂ ਜੀ ਦੀ ਮਿੱਠੀ ਬਾਣੀ ਆ ਉਹੀ ਅੱਗੇ ਵੰਡੀ ਜਾ ਰਹੀ ਹੈ। ਫੈਨ ਫੂਨ ਕੁਛ ਨਹੀਂ ਹੁੰਦਾ, ਅਸੀਂ ਤੇ ਉਸ ਗੁਰੂ ਨਾਨਕ ਦੇ ਉਸ ਮਾਲਕ ਦੇ ਫੈਨ ਆ। ਦੂਜੀ ਗੱਲ ਕਿ ਕਿੱਥੇ ਮਿਸ ਯੂਜ਼ ਨਾ ਹੋ ਜਾਵੇ ਜਿਹਦੇ ਕਰਕੇ ਪਰੇਸ਼ਾਨੀ ਆ ਜਾਵੇ, ਮੈਨੂੰ ਪਰੇਸ਼ਾਨੀ ਆ ਜਾਵੇ ਕੋਈ ਵੀ ਚੀਜ਼ ਦੀ, ਤੁਹਾਨੂੰ ਪਤਾ ਅੱਜ ਡੇਟ ਵਿੱਚ ਹੋ ਜਾਂਦੀ ਹੈ, ਮਿਸਯੂਜ਼ ਹੋ ਜਾਂਦਾ। ਮੈਨੂੰ ਆਈਡੀਆ ਨਹੀਂ ਕਿੰਨੇ ਨੇ ਬਣਾਏ ਨੇ, ਕਿੰਨੇ ਬਣਾਏ ਨੇ ਉਹ ਸਾਨੂੰ ਇੱਕ ਵਾਰੀ ਮੈਸੇਜ ਕਰਦੇ ਕਿ ਵੀ ਅਸੀਂ ਬਣਾਇਆ, ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਇੱਕ ਵਾਰੀ ਪੁੱਛਣਾ ਚਾਹੀਦਾ ਕਿ ਵੀ ਅਸੀਂ ਤੁਹਾਡਾ ਪੇਜ ਬਣਾ ਰਹੇ ਹਾਂ। ਠੀਕ ਹੈ, ਅਲੱਗ ਹੀ ਰਾਈਟ ਵਾਲੀ ਕੋਈ ਗੱਲ ਨਹੀਂ ਹੈ, ਤੁਸੀਂ ਪਿਆਰ ਕਰਦੇ ਹੋ ਅਤੇ ਤੁਹਾਡੇ ਪਿਆਰ ਦੀ ਪੂਰੀ ਕਦਰ ਹੈ ਜੀ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਪਿਆਰ ਕਰਨ ਵਾਲੇ ਨੇ ਜਿਹੜੇ ਫੈਨ ਪੇਜ ਬਣਾ ਰਹੇ ਨੇ, ਪਰ ਕਈ ਵਾਰ ਕੀ ਹੁੰਦਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਕਈ ਵਿਰਲੇ ਹੁੰਦੇ ਨੇ ਐਸੇ ਜਿਹੜੇ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਟੋਪਿਕ ਚੱਕਣਾ ਹੁੰਦਾ, ਕੋਈ ਵੀ ਗਲਤ ਕੰਮ ਕਰਨੇ ਹੁੰਦੇ ਨੇ। ਸੋ ਫਿਰ ਵੀ ਧਿਆਨ ਰੱਖਿਓ ਜੀ, ਫੈਨ ਪੇਜ ਮੇਰੇ ਹੱਥ 'ਚ ਨਹੀਂ ਹੈ, ਕੋਈ ਹੋਰ ਯੂਜ਼ ਕਰ ਰਿਹਾ ਅਤੇ ਮੈਨੂੰ ਆਈਡੀਆ ਨਹੀਂ ਕੌਣ ਫੈਨ ਪੇਜ ਬਣਾ ਕੇ ਬੈਠਾ। ਤੁਹਾਨੂੰ ਕੋਈ ਵੀ ਚੀਜ਼ ਦੀ ਡਿਮਾਂਡ ਆਵੇ, ਤੁਹਾਨੂੰ ਕੋਈ ਵੀ ਚੀਜ਼ ਦੀ ਕਾਲ ਆਵੇ ਫੈਨ ਪੇਜ ਤੋਂ, ਅਤੇ ਮੈਨੂੰ ਲੱਗਦਾ ਨਹੀਂ ਕਿ ਪਿੱਕ ਕਰਨਾ ਚਾਹੀਦਾ ਜਾਂ ਉਸ ਮੈਸੇਜ ਨੂੰ ਰੀਡ ਕਰਨਾ ਚਾਹੀਦਾ। ਚੰਗੇ ਮੈਸੇਜ ਹੋਣ, ਗੁਰਬਾਣੀ ਦੇ ਰਿਲੇਟਡ ਮੈਸੇਜ ਹੋਣ ਤਾਂ ਤੁਸੀਂ ਇਹਨੂੰ ਦੇਖ ਸਕਦੇ ਹੋ, ਬਾਕੀ ਜਿਵੇਂ ਤੁਹਾਡੀ ਇੱਛਾ ਹੋਣ ਮੈਂ ਬੇਨਤੀ ਕਰ ਸਕਦਾ ਤੁਹਾਨੂੰ ਜਿਵੇਂ ਠੀਕ ਲੱਗੇ। ਹਾਂਜੀ, ਸੋ ਚੈੱਕ ਇਨ ਕਰ ਲਿਆ ਜੀ ਆਪਣੇ ਹੋਟਲ 'ਤੇ, ਚੱਲੇ ਹਾਂ ਜੀ ਪ੍ਰੋਗਰਾਮ ਨੂੰ। ਹਾਂਜੀ ਚੱਲੀਏ ਪਿਆਰਿਓ, ਚੱਲੀਏ ਮਹਾਰਾਜ, ਆਓ ਚੱਲੇ ਹਾਂ ਜੀ ਹੁਣ। ਅਤੇ ਗਰਮੀ ਬਹੁਤ ਹੈ, ਪਰ ਮੈਂ ਹੁਣ ਡਰੈਸ ਹੁੰਦੀ ਹੈ ਨਾ, ਹੁਣ ਕੀ ਕਰ ਸਕਦੇ ਹਾਂ। ਪੱਗ ਬੜੀ ਵਧੀਆ ਆਈ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੱਲ ਰਹੇ ਨੇ ਜੀ ਰਾਜਮਾ ਚਾਵਲ, ਬੈਠੇ ਹੋਏ ਹਾਂ ਪਸ਼ਚਿਮ ਬਿਹਾਰ ਦਿੱਲੀ। ਅੱਜ ਸਾਡੀ ਹੈ ਰਿਕਾਰਡਿੰਗ ਬਿਲਕੁਲ ਪਿੱਛੇ, ਜਸਮੀਤ ਸਾਡੇ ਨਾਲ ਹੈ ਜੋ ਵੀਡੀਓ ਬਣਾ ਰਿਹਾ। ਹਾਂ ਹਾਂ ਹਾਂ, ਕੀ ਬਾਤ ਹੈ, ਸਾਧ ਲੋਕ ਬੈਠੇ ਹੋਏ ਨੇ, ਦਾਸ ਗਰੀਬ ਇੱਥੇ ਬੈਠਾ ਹੈ, ਰਿਕਾਰਡਿੰਗ ਚੱਲ ਰਹੀ ਹੈ ਜੀ, ਆਨੰਦ ਆ ਰਿਹਾ। ਚਾਹ ਸਾਡੀ ਮੁੱਕ ਗਈ ਹੈ, ਇਹ ਭਾਜੀ ਦੀ ਚਾਹ, ਇਹ ਮੇਰੀ ਚਾਹ, ਉਹ ਬੜੇ ਚਾਵਾਂ ਨਾਲ ਬੈਠਾ। ਰਿਕਾਰਡਿੰਗ ਦਾ ਦਿਨ ਹੈ ਜੀ ਸਾਡਾ, ਅਤੇ ਰਾਤੀ ਸਾਡੀ ਟ੍ਰੇਨ ਵੀ ਹੈ ਜਲੰਧਰ ਦੀ, ਅਤੇ ਪੰਜ ਛੇ ਸ਼ਬਦ ਰਿਕਾਰਡ ਕਰ ਰਹੇ ਹਾਂ। ਸੁਖਮਨੀ ਸਟੂਡੀਓ ਬੈਠੇ ਹਾਂ, ਭਾਜੀ ਬੈਠੇ ਹਾਂ ਉੱਥੇ, ਅਤੇ ਹੁਣ ਦੋ ਸ਼ਬਦ ਹੋ ਗਏ ਨੇ, ਅਤੇ ਤੁਸੀਂ ਗੈਸ ਕਰੋ ਕਿਹੜੇ ਕਿਹੜੇ ਸ਼ਬਦ ਅਸੀਂ ਰਿਕਾਰਡ ਕਰਾ ਰਹੇ ਹਾਂ, ਥੱਲੇ ਕਮੈਂਟ ਵਿੱਚ ਪਾਉਣਾ। ਵੀਰ ਜੀ ਫਤਿਹ ਬੁਲਾ ਦਿਓ ਇੱਕ ਵਾਰੀ। ਵਾਹਿਗੁਰੂ ਜੀ ਕੀ ਫਤਿਹ, ਆਨੰਦ ਆ ਰਿਹਾ ਵੀਰ ਜੀ, ਬਹੁਤ ਤੁਹਾਨੂੰ ਆ ਰਿਹਾ ਹੈ ਨਾ, ਪਹਿਲੀ ਵਾਰ ਅਸੀਂ ਲਾਈਵ ਰਿਕਾਰਡ ਕਰ ਰਹੇ ਹਾਂ, ਅਤੇ ਉਹਦਾ ਆਊਟਪੁੱਟ ਮੈਨੂੰ ਪਤਾ ਬਹੁਤ ਵਧੀਆ ਆਉਣ ਵਾਲਾ, ਅਤੇ ਮਹਾਰਾਜ ਕਿਰਪਾ ਕਰਨ ਐਵੇਂ ਹੀ ਅੱਗੇ ਵੀ ਚੱਲਦਾ ਰਹੇ ਹੈ ਨਾ। ਸਵੇਰ ਦਾ ਟਾਈਮ ਹੋਇਆ ਤਕਰੀਬਨ 5:30 ਵਜੇ ਦੀ ਫਲਾਈਟ ਹੈ ਜੀ, ਜੋ ਕਿ ਜਾਏਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਲੰਧਰ ਨੂੰ ਨਿਕਲਣਾ। ਭੁੱਖ ਲੱਗੀ ਹੈ ਬਹੁਤ ਜ਼ਿਆਦਾ, ਤਕਰੀਬਨ ਪਹੁੰਚ ਜਾਂਗੇ ਜੀ 5:35 ਦੀ ਜਿਹੜੀ ਹੈ ਫਲਾਈਟ ਹੈਗੀ, 6:50 ਤੋਂ ਬਾਅਦ ਸਿੱਧਾ ਫਿਰ ਗੱਡੀ ਲੈਣਾ ਆ ਜਾਏਗੀ ਜੀ ਅੰਮ੍ਰਿਤਸਰ ਤੋਂ ਸਿੱਧਾ ਜਲੰਧਰ, ਜਲੰਧਰ ਜਾ ਕੇ ਤਿਆਰ ਹੋਣਾ ਹੈ, ਸਿੱਧਾ ਸਮਾਗਮ ਤੋਂ ਵੇਚਣਾ ਤਕਰੀਬਨ। ਮੈਨੂੰ ਲੱਗਦਾ ਕਿ 2 ਘੰਟੇ ਵੀ ਬੜੀ ਔਖੀ ਸੌਖੀ ਨੀਂਦਰ ਲਿੱਤੀ ਹੋਈ ਹੈ, ਪਰ ਫਿਰ ਵੀ ਤੁਹਾਡੀਆਂ ਸੰਗਤਾਂ ਦੀਆਂ ਅਸੀਸਾਂ ਲੈਣੀਆਂ ਨੇ, ਸੋ ਬੜੇ ਲੈਣਾ ਲੋਕ ਦੇ ਵਿੱਚ। ਚੱਲਦਿਆਂ ਜੀ ਦਰਬਾਰ ਸਾਹਿਬ, ਬਹੁਤ ਸਮਾਂ ਹੋ ਗਿਆ, ਇਹ ਮੈਨੂੰ ਲੱਗ ਰਿਹਾ ਕਿ ਬਈ ਬਹੁਤ ਟਾਈਮ ਬਾਅਦ ਦਰਬਾਰ ਸਾਹਿਬ ਦੀ ਫਲਾਈਟ ਤਾਂ ਹੋਈ ਹੈ, ਪਰ ਦਰਬਾਰ ਸਾਹਿਬ ਜਾਣ ਨੂੰ ਨਹੀਂ ਮਿਲ ਰਹੇ। ਦਰਬਾਰ ਸਾਹਿਬ ਦੀ ਇੱਛਾ ਸੀ ਪੂਰੀ ਜਾਣ ਦੀ, ਜਾਣਾ ਹੈ ਜਲਦੀ, ਆਉਣ ਵਾਲੇ ਸਮੇਂ 'ਤੇ ਜਲਦੀ ਜਾਵਾਂਗੇ, ਦਰਸ਼ਨ ਕਰਾਂਗੇ। ਸਮਾਗਮਾਂ ਤੋਂ ਵਿਹਲ ਨਹੀਂ ਹੁੰਦੀ, ਸਮਾਗਮਾਂ ਤੋਂ ਫਰੀ ਨਹੀਂ ਹੋ ਪਾਉਂਦੇ, ਤਾਂ ਕਰਕੇ ਜਲੰਧਰ ਲੁਧਿਆਣੇ ਨੇੜੇ ਤੇੜੇ ਹੋ ਕੇ ਆ ਜਾਂਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ।
ਅੰਮ੍ਰਿਤਸਰ ਦੇ ਏਅਰਪੋਰਟ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਾਨੂੰ ਸਵਾਗਤ ਕਰਦੇ ਹਾਂ ਅਤੇ ਹੁਣ ਸਾਨੂੰ ਚਾਹੀਦਾ ਬਿਸਤਰਾ। ਅਸੀਂ ਹੁਣ ਆਰਾਮ ਵਾਲੇ ਮੂਡ 'ਚ ਆ ਗਏ ਹਾਂ। ਮੈਂ ਐਗਜ਼ਿਟ ਹੋਈਏ, ਸਾਹਮਣੇ ਕੋਸਟਾ ਕੌਫੀ ਦੇਖ ਗਈ ਮੈਨੂੰ ਵੈਸੇ, ਬਟ ਪੀਣੀ ਨਹੀਂ ਕਿਉਂਕਿ ਜੇ ਜ਼ਿਆਦਾ ਕੌਫੀ ਪੀ ਲਈ ਤਾਂ ਪ੍ਰੋਬਲਮ ਹੋ ਜਾਣੀ ਹੈ। ਇਹ ਹੈਗਾ ਅੰਮ੍ਰਿਤਸਰ ਦਾ ਏਅਰਪੋਰਟ, ਬਹੁਤ ਘੱਟ ਆਇਆ। ਪਤਲਾ ਕਿਉਂ ਤੂੰ? ਜਰੂਰ ਬੜਾ ਕੇ ਕੀ ਬਣੇਗਾ? ਫੌਜੀ ਫੌਜੀ ਜੀ ਸਾਡਾ ਬੜਾ ਪਿਆਰਾ ਬੱਚਾ ਜੀ ਜਰੂਰ ਸਿੰਘ। ਹੱਥ ਪੂਰੇ ਹੀ ਆ ਰਹੇ ਓਏ ਗੋਲੇ। ਮੇਰਾ ਕੇਕ ਤੂੰ ਨੇ ਬਰਬਾਦ ਕੀਆ। ਮੈਂ ਪਾਣੀ ਜਿਹੜੇ ਜਰੂਰ ਟਿਊਸ਼ਨ ਜਾਣਾ ਹੈ 11:00 ਜਲਦੀ 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 ਬੜੇ ਅਤੀ ਸਤਿਕਾਰਯੋਗ ਜੋਰਾਵਰ ਸਿੰਘ ਜੀ ਨਾਲ ਬਿਲਕੁਲ ਮੇਰੇ ਨਾਲ ਹੀ ਬੈਠਾ ਹੈ। ਹੁਣ ਪ੍ਰਸ਼ਾਦੇ ਦੀ ਗੱਲਾਂ ਚੱਲ ਰਹੀਆਂ ਨੇ ਇੱਥੇ। ਇੱਕ ਨੰਬਰ ਦਾ ਭੁੱਖਾ ਹੈਗਾ ਮੈਂ। ਜਲੇਬੀ ਕਿਹੜੀ ਖਾਣੀ ਹੈ? ਹਾਂ ਜਲੇਬੀ, ਮਤਲਬ ਮੋਟੀ ਵਾਲੀ ਜਲੇਬੀ ਖਾਣੀ ਪਤਲੀ? ਟੀਚਰ ਤੇਰੀ ਕੁਛ ਕਹਿੰਦੇ ਨੀ ਬਈ ਤੂੰ ਇੰਨਾ ਸ਼ਰਾਰਤੀ? ਟੀਚਰ ਟੀਚਰ ਕੁਛ ਕਹਿੰਦੇ ਨੀ? ਹੱਤੀ ਕਿਹੜਾ ਸਕੂਲ ਕਿਹੜਾ ਤੇਰਾ? ਸਰਕਾਰੀ ਸਰਕਾਰੀ ਚੁਰਾਵਰ ਫੋਟੋ ਤੇਰੇ ਨਾਲ ਫੋਟੋ।